ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਪਦਤ ਪਾਵਨ ਭਗਤ ਵਸਲ ਕਿਰਪਾ ਨਿਧਾਨ ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸਜੀ ਹੋਈ ਸਾਧ ਸੰਗਤ ਗੁਰੂ ਰੂਪ ਖਾਲਸਾ ਜੀ ਸਾਰੀਆਂ ਸੰਗਤਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦਰ ਜੀ ਉਹਨਾਂ ਦਾ ਜਨਮ ਦਿਹਾੜਾ ਉਹਨਾਂ ਦਾ ਪ੍ਰਕਾਸ਼ ਪੁਰਬ ਆਪਾਂ ਸਾਰੀਆਂ ਸੰਗਤਾਂ ਮਾਂਡੀ ਵਾਲੇ ਮਹਾਂਪੁਰਖਾਂ ਦੀ ਰਹਿਨੁਮਾਈ ਹੇਠ ਆਪਾਂ ਮਨਾ ਰਹੇ ਹਾਂ। ਬਾਬਾ ਸ੍ਰੀ ਚੰਦ ਦੇ ਜਨਮ ਦਿਨ ਦੀਆਂ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ, ਲੱਖ ਲੱਖ ਮੁਬਾਰਕਾਂ ਹੋਣ। ਸੋ ਖਾਲਸਾ ਜੀ, ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਵਿੱਚ ਸੰਗਤਾਂ ਨੂੰ ਉਤਾਰ ਰਹੇ ਸਨ, ਬੋਧੀਖਾਨਾ ਚਲਾਉਂਦੇ ਅਤੇ ਵੇਈ ਨਦੀ ਸੁਲਤਾਨਪੁਰ ਦੇ ਨਜ਼ਦੀਕ ਵਗਦੀ ਆ, ਇਸ਼ਨਾਨ ਵੇਈ ਨਦੀ ਤੋਂ ਕਰਦੇ ਅੰਮ੍ਰਿਤ ਵੇਲੇ, ਇਸ਼ਨਾਨ ਕਰਕੇ ਫਿਰ ਵੇਈ ਨਦੀ ਦੇ ਕਿਨਾਰੇ 'ਤੇ ਬੈਠ ਕੇ ਅਤੇ ਸਿਮਰਨ ਕਰਦੇ, ਪਹਿਰ ਰਾਤ ਸਵਾ ਪਹਿਰ ਰਾਤ ਰਹਿੰਦੇ ਨੇ, ਇਸ਼ਨਾਨ ਕਰ ਲੈਂਦੇ, ਇਸ਼ਨਾਨ ਕਰਕੇ ਫਿਰ ਵੇਈ ਨਦੀ ਦੇ ਕਿਨਾਰੇ ਚੌਂਕੜਾ ਲਾ ਕੇ ਦਿਨ ਚੜ੍ਹਦੇ ਤਾਂ ਪ੍ਰਭੂ ਭਗਤੀ ਕਰਦੇ। ਉੱਥੇ ਮਹਾਰਾਜ ਦੀ ਯਾਦਗਾਰ ਅਸਥਾਨ ਬਣਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ। ਅਤੇ ਖਾਲਸਾ ਜੀ, ਜਿੱਥੇ ਮਹਾਰਾਜ ਮੋਦੀਖਾਨਾ ਚਲਾਉਂਦੇ ਉਹ ਵੀ ਅਸਥਾਨ ਮਹਾਰਾਜ ਦਾ ਮੌਜੂਦ ਆ, ਗੁਰਦੁਆਰਾ ਸ੍ਰੀ ਮੋਦੀਖਾਨਾ। ਅਜੇ ਉਹ ਵੱਟੇ ਮੌਜੂਦ ਆ ਜਿਹੜੇ ਵੱਟਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਤੇਰਾ ਤੇਰਾ ਕਹਿ ਕੇ ਤੋਲਦੇ ਅਤੇ ਗਰੀਬਾਂ ਦੀਆਂ ਝੋਲੀਆਂ ਭਰਦੇ। ਇੱਕ ਵਾਰ ਬੇਬੇ ਨਾਨਕੀ ਨੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ, ਕਿਉਂ ਖਾਲਸਾ ਜੀ, ਸਭ ਤੋਂ ਪਹਿਲੇ ਗੁਰੂ ਨਾਨਕ ਦੇਵ ਜੀ ਨੂੰ
ਬੇਬੇ ਨਾਨਕੀ ਨੇ ਜਾਣਿਆ ਵੀ ਗੁਰੂ ਨਾਨਕ ਪਰਮੇਸ਼ਰ ਆ। ਇਸ ਕਰਕੇ ਸਭ ਤੋਂ ਪਹਿਲੇ ਸਿੱਖ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੇਬੇ ਨਾਨਕੀ ਜੀ ਆ। ਅਤੇ ਰਾਏ ਬੁਲਾਰ ਫਿਰ ਮਹਾਰਾਜ ਦੇ ਕੌਤਕ ਵੇਖ ਕੇ ਸਿੱਖ ਬਣਿਆ ਕਿ ਮਹਾਰਾਜ ਨੇ ਚੋਜ ਬੜੇ ਕੀਤੇ ਗੁਰੂ ਨਾਨਕ ਦੇਵ ਜੀ ਨੇ ਬਾਲ ਅਵਸਥਾ ਵਿੱਚ, ਅਤੇ ਰਾਏ ਬੁਲਾਰ ਨੇ ਦੇਖੇ ਅਤੇ ਉਹ ਸਿੱਖ ਬਣ ਗਿਆ ਮਹਾਰਾਜ ਦਾ। ਅਤੇ ਤਾਂ ਸਭ ਤੋਂ ਪਹਿਲੇ ਸਿੱਖ ਬੇਬੇ ਨਾਨਕੀ ਆ ਗੁਰੂ ਨਾਨਕ ਦੇਵ ਦੇ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਭੈਣ ਦੇ ਪੈਰਾਂ 'ਤੇ ਮੱਥਾ ਟੇਕਣ ਲੱਗਣਾ ਅਤੇ ਬੇਬੇ ਨਾਨਕੀ ਨੇ ਹੱਥ ਫੜ ਲੈਣੇ ਅੱਗਿਓਂ, ਕਹਿਣਾ ਮਹਾਰਾਜ ਜੀ ਤੁਸੀਂ ਮੈਨੂੰ ਕਿਉਂ ਮੱਥਾ ਟੇਕਦੇ ਆ? ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਾ, ਬੇਬੇ ਜੀ ਤੁਸੀਂ ਮੇਰੇ ਵੱਡੇ ਭਰਾ ਵਾ, ਤੁਸੀਂ 5 ਸਾਲ ਮੇਰੇ ਨਾਲ ਉਮਰ ਵੱਡੀ ਤੁਹਾਡੀ, ਮੈਂ ਤੁਹਾਨੂੰ ਵੱਡੇ ਭੈਣ ਜੀ ਜਾਣ ਕੇ ਮੱਥਾ ਟੇਕਦਾ। ਅਤੇ ਬੇਬੇ ਨਾਨਕੀ ਨੇ ਆਖਣਾ, ਮਹਾਰਾਜ ਜੀ ਮੈਂ ਤੁਹਾਨੂੰ ਭਰਾ ਨਹੀਂ ਜਾਣਦੀ, ਮੈਂ ਤੁਹਾਨੂੰ ਪਰਮੇਸ਼ਰ ਜਾਣਦੀ ਹਾਂ। ਤੁਸੀਂ ਕਿਉਂ ਕਿਸੇ ਦੇ ਪੈਰਾਂ 'ਤੇ ਮੱਥਾ ਟੇਕੋ? ਤੁਹਾਡੇ ਚਰਨਾਂ 'ਤੇ ਮੱਥਾ ਟੇਕੂ ਮੈਂ। ਇੰਨੀ ਸ਼ਰਧਾ ਰੱਖਦੇ ਸੀ ਬੇਬੇ ਨਾਨਕੀ। ਇੱਕ ਵਾਰ ਬੇਬੇ ਨਾਨਕੀ ਨੇ ਬੇਨਤੀ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਕਮਲਾਂ 'ਚ ਵੀ, ਸਤਿਗੁਰ ਜੀ ਮੇਰੀ ਇੱਕ ਇੱਛਾ ਵਾ। ਮਹਾਰਾਜ ਕਹਿੰਦੇ, ਦੱਸੋ ਬੇਬੇ ਜੀ। ਗੁਰੂ ਨਾਨਕ ਦੇਵ ਜੀ ਆਪਣੇ ਵੱਡੇ ਭੈਣ ਨੂੰ ਬੇਬੇ ਜੀ ਕਿਹਾ ਕਰਦੇ ਸੀ, ਅਤੇ ਨਾਨਕੀ ਉਹਨਾਂ ਦਾ ਤਾਂ ਨਾਂ ਸੀ ਕਿ ਉਹਨਾਂ ਦਾ ਜਨਮ ਹੋਇਆ ਸੀ ਨਾਨਕੇ ਪਿੰਡ ਵਿੱਚ। ਡੇਰਾ ਚਾਲ ਗੁਰੂ ਨਾਨਕ ਸਾਹਿਬ ਦੇ ਨਾਨਕੇ ਸੀ, ਡੇਰਾ ਚਾਲ ਲਾਹੌਰ ਜ਼ਿਲ੍ਹੇ 'ਚ। ਅਤੇ ਉੱਥੇ ਬੇਬੇ ਨਾਨਕੀ ਦਾ ਆਪਣੇ ਨਾਨਕੇ ਘਰ ਜਨਮ ਹੋਇਆ ਸੀ, ਤਾਂ ਉਹਨਾਂ ਦਾ ਨਾਂ ਨਾਨਕੀ ਪ੍ਰਸਿੱਧ ਹੋ ਗਿਆ। ਇੱਕ ਵਾਰ ਬੇਬੇ ਨਾਨਕੀ ਨੇ ਬੇਨਤੀ ਕੀਤੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਕਮਲਾਂ, ਸਤਿਗੁਰੂ ਜੀ ਮੇਰੀ ਇੱਕ ਬੇਨਤੀ ਆ। ਮਹਾਰਾਜ ਕਹਿੰਦੇ, ਦੱਸੋ ਬੇਬੇ ਜੀ। ਕਹਿੰਦੇ, ਮਹਾਰਾਜ ਤੁਹਾਡੇ ਘਰ ਸਾਹਿਬਜ਼ਾਦਾ ਪੈਦਾ ਹੋਵੇ ਅਤੇ ਮੈਂ ਖਿਡਾਵਾਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬੇਬੇ ਨਾਨਕੀ ਨੇ ਬੇਨਤੀ ਕੀਤੀ ਸੀ, ਮਹਾਰਾਜ ਤੁਹਾਡੇ ਘਰ ਸਾਹਿਬਜ਼ਾਦਾ ਪੈਦਾ ਹੋਵੇ ਅਤੇ ਮੈਂ ਖਿਡਾਇਆ ਕਰਾਂ, ਕਿਉਂ ਬੇਬੇ ਨਾਨਕੀ ਦਾ ਕੋਈ ਧੀ ਪੁੱਤਰ ਨਹੀਂ ਸੀ, ਉਹ ਭਗਤੀ ਦੇ ਅਵਤਾਰ ਸੀ ਬੇਬੇ ਨਾਨਕੀ। ਅਤੇ ਮਹਾਰਾਜ ਕਹਿਣ ਲੱਗੇ, ਬੇਬੇ ਜੀ ਇਹ ਵੀ ਤੁਹਾਡੀ ਆਸ ਪੂਰੀ ਕਰਨਗੇ ਕਰਤਾਰ ਅਕਾਲ ਪੁਰਖ। ਅਤੇ ਮਹਾਰਾਜ ਨੇ ਵਾਰ ਦੇ ਦਿੱਤਾ, ਬੇਬੇ ਜੀ ਤੁਹਾਡੀ ਆਸ ਪੂਰੀ ਹੋਵੇਗੀ, ਇਹ ਤੁਹਾਡੇ ਮਨ ਦੀ ਆਸਾ ਪੂਰੀ ਹੋਵੇਗੀ। ਅਤੇ ਖਾਲਸਾ ਜੀ ਸਮਾਂ ਪਾ ਕੇ ਬਾਬੇ ਸ੍ਰੀ ਚੰਦ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ ਸੁਲਤਾਨਪੁਰ ਦੀ ਧਰਤੀ 'ਤੇ, ਅਤੇ ਦੇਵਤਿਆਂ ਨੇ ਫੁੱਲ ਵਰਸਾਏ ਆਕਾਸ਼ 'ਚੋਂ ਦੇਵ ਲੋਕ 'ਚੋਂ। ਅਤੇ ਬਹੁਤ ਬਹੁਤ ਵਧਾਈਆਂ ਗੁਰੂ ਨਾਨਕ ਸਾਹਿਬ ਨੂੰ, ਬਹੁਤ ਬਹੁਤ ਵਧਾਈਆਂ ਮਿਲੀਆਂ, ਅਤੇ ਮਾਤਾ ਸੁਲੱਖਣੀ ਨੂੰ ਬਹੁਤ ਬਹੁਤ ਸੰਗਤਾਂ ਨੇ ਵਧਾਈਆਂ ਦਿੱਤੀਆਂ, ਅਤੇ ਬੇਬੇ ਨਾਨਕੀ ਨੂੰ ਵਧਾਈਆਂ ਦਿੱਤੀਆਂ। ਜਦੋਂ ਬਾਬਾ ਸ੍ਰੀ ਚੰਦ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ ਸੁਲਤਾਨਪੁਰ ਦੀ ਧਰਤੀ 'ਤੇ, ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ, ਪ੍ਰਗਟ ਹੋਏ,
ਉਦੋਂ ਹੀ ਉਹਨਾਂ ਦੇ ਸਿਰ ਦੇ ਉੱਤੇ ਜੜਾਵਾਂ ਦਾ ਯੋਗ ਹੈਗਾ। ਬੋਲੋ ਸਤਨਾਮ। ਜੜਾਵਾਂ ਦਾ ਯੋਗ ਹੀ ਸੀ, ਇਸ ਦੇ ਉੱਤੇ ਜੜਾਵਾਂ ਹੀ ਛੋਟੀਆਂ ਛੋਟੀਆਂ, ਅਤੇ ਸੱਜੇ ਕੰਨ ਦੇ ਵਿੱਚ ਮਾਸ ਦਾ ਮੁੰਦਰਾ ਹੈ। ਜਨਮ ਤੋਂ ਹੀ ਸੱਜੇ ਕੰਨ ਵਿੱਚ ਮਾਸ ਦਾ ਮੁੰਦਰਾ, ਅਤੇ ਸਿਰ ਦੇ ਉੱਤੇ ਸੀਸ ਦੇ ਉੱਤੇ ਜੜਾਵਾਂ ਦਾ ਯੋਗ, ਇਹ ਜਨਮ ਤੋਂ ਹੀ ਸੀ। ਅਤੇ ਖਾਲਸਾ ਜੀ, ਬਹੁਤ ਬਹੁਤ ਸੰਗਤਾਂ ਨੇ ਵਧਾਈਆਂ ਦਿੱਤੀਆਂ, ਅਤੇ ਬੇਬੇ ਨਾਨਕੀ ਨੇ ਬਹੁਤ ਜ਼ਿਆਦਾ ਦਾਨ ਪੁੰਨ ਕੀਤਾ ਗਰੀਬਾਂ ਨੂੰ, ਗਰੀਬਾਂ ਦੀਆਂ ਝੋਲੀਆਂ ਭਰੀਆਂ, ਖੁਸ਼ੀਆਂ ਮਨਾਏ। ਅਤੇ ਖਾਲਸਾ ਜੀ, ਫਿਰ ਬੇਬੇ ਨਾਨਕੀ ਖਿਡਾਉਂਦੇ ਆ ਬਾਬੇ ਸ੍ਰੀ ਚੰਦ ਨੂੰ। ਕੋਈ ਸਮਾਂ ਆਇਆ ਅਤੇ ਬੇਬੇ ਨੇ ਫਿਰ ਬੇਨਤੀ ਕੀਤੀ। ਬੇਬੇ ਨਾਨਕੀ ਕਹਿੰਦੇ, ਸ੍ਰੀ ਗੁਰੂ, ਇਹ ਸਤਿਗੁਰੂ ਜੀ, ਮੇਰੀ ਇੱਕ ਹੋਰ ਬੇਨਤੀ ਆ। ਮਹਾਰਾਜ ਕਹਿੰਦੇ, ਦੱਸੋ ਬੇਬੇ ਜੀ। ਕਿ ਮਹਾਰਾਜ, ਇਹ ਤਾਂ ਤੁਸੀਂ ਆਪਣਾ ਸਪੁੱਤਰ ਮੇਰੀ ਝੋਲੀ 'ਚ ਪਾ ਤਾ, ਮੈਂ ਖਿਡਾਉਂਦੀ ਹਾਂ, ਅਤੇ ਮੇਰੀ ਭਰਜਾਈ ਨੂੰ ਵੀ ਵੀਰ ਦਿਓ। ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮਹਾਰਾਜ ਕਹਿੰਦੇ, ਬੇਬੇ ਜੀ, ਇਹ ਵੀ ਤੁਹਾਡੀ ਆਸਾ ਪੂਰੀ ਹੋਵੇਗੀ, ਪਰ ਹੋਰ ਨਾ ਕੋਈ ਵਜਨ ਕਰਿਓ। ਅਤੇ ਖਾਲਸਾ ਜੀ ਸਮਾਂ ਪਾ ਕੇ ਤਾਂ ਫਿਰ ਬਾਬੇ ਲਖਮੀ ਚੰਦ ਦਾ ਜਨਮ ਹੋਇਆ, ਗੁਰੂ ਨਾਨਕ ਦੇਵ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ, ਉਹਨਾਂ ਦਾ ਪ੍ਰਕਾਸ਼ ਹੋ ਗਿਆ। ਬੇਬੇ ਨਾਨਕੀ ਨੇ ਬਹੁਤ ਦਾਨ ਪੁੰਨ ਕੀਤਾ, ਬਹੁਤ ਸੰਗਤਾਂ ਨੇ ਵਧਾਈਆਂ ਦਿੱਤੀਆਂ। ਅਤੇ ਖਾਲਸਾ ਜੀ, ਬਾਬੇ ਸ੍ਰੀ ਚੰਦ ਨੇ ਉਹਦੇ ਬੇਬੇ ਨਾਨਕੀ ਖਿਡਾਉਂਦੇ, ਉਹਨਾਂ ਦੀ ਪਾਲਣਾ ਪੋਸ਼ਣਾ ਕਰਦੇ, ਅਤੇ ਛੋਟੇ ਲਖਮੀ ਚੰਦ ਨੂੰ ਮਾਤਾ ਸੁਲੱਖਣੀ ਜੀ ਉਹ ਉਹਨਾਂ ਨੂੰ ਪਾਲਦੇ ਪੋਸ਼ਦੇ। ਅਤੇ ਖਾਲਸਾ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਰ ਰੋਜ਼ 15 ਸਾਲ ਮਹਾਰਾਜ ਜੀ ਪੱਕੇ ਸੁਲਤਾਨਪੁਰ ਰਹੇ ਆ, 15.5 ਸਾਲ ਕਿਤੇ ਨਹੀਂ ਗਏ, ਦਿਨੇ ਰਾਤ ਸੁਲਤਾਨਪੁਰ ਵਿੱਚ ਹੀ ਸੰਗਤਾਂ ਨੂੰ ਉਤਾਰਦੇ ਰਹੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ਼ਨਾਨ ਵੀ ਨਦੀ ਤੋਂ ਕਰਦੇ ਰੋਜ਼, ਅੰਮ੍ਰਿਤ ਵੇਲੇ 1:15 ਰਾਤ ਰਹਿੰਦੀ ਨਾ, ਮਹਾਰਾਜ ਇਸ਼ਨਾਨ ਕਰ ਲੈਂਦੇ ਵੇਈ ਨਦੀ 'ਚੋਂ। ਫਿਰ ਵੇਈ ਨਦੀ ਦੇ ਕਿਨਾਰੇ 'ਤੇ ਬੈਠ ਕੇ ਹੀ ਭਗਤੀ ਕਰਦੇ ਦਿਨ ਚੜ੍ਹੇ ਤਾਈਂ। ਉੱਥੇ ਮਹਾਰਾਜ ਦੀ ਯਾਦ ਵਿੱਚ ਗੁਰਦੁਆਰਾ ਬੇਰ ਸਾਹਿਬ ਸੋਭਾ ਪਾ ਰਿਹਾ। ਇਹ ਕਪੂਰਥਲੇ ਵਾਲੇ, ਕਪੂਰਥਲਾ ਰਿਆਸਤ ਨੇ, ਇਹ ਰਾਜੇ ਨੇ ਗੁਰਦੁਆਰਾ ਤਿਆਰ ਕੀਤਾ ਸੀ ਬੇਰ ਸਾਹਿਬ, ਗੁਰੂ ਨਾਨਕ ਦੀ ਯਾਦ ਵਿੱਚ। ਇਸੇ ਦਾ ਨਸ਼ਕਾ ਹੀ ਗੁਰਦੁਆਰਾ ਬੀੜ ਸਾਹਿਬ ਆ, ਜਿੱਥੇ ਬਾਬੇ ਬੁੱਢੇ ਨੇ ਵਰ ਦਿੱਤਾ ਸੀਗਾ ਮਾਤਾ ਗੰਗਾ ਨੂੰ 6ਵੇਂ ਪਾਤਸ਼ਾਹ ਦੇ ਪ੍ਰਗਟ ਹੋਣ ਦਾ। ਉਹ ਵੀ ਨਕਸ਼ਾ ਇੱਥੇ ਇਸੇ ਗੁਰਦੁਆਰੇ ਦਾ ਹੀ ਆ, ਜਿਸ ਤਰ੍ਹਾਂ
ਗੁਰਦੁਆਰਾ ਬੀੜ ਸਾਹਿਬ ਦਾ ਨਸ਼ਕਾ, ਇਹੋ ਹੀ ਗੁਰਦੁਆਰਾ ਬਾਬਾ ਬੁੱਢਾ ਦੀ ਬੀੜ, ਇੱਥੇ ਮਾਤਾ ਗੰਗਾ ਨੂੰ ਵਾਰ ਦਿੱਤਾ, ਬਾਬੇ ਬੁੱਢੇ ਨੇ ਗੰਢਾ ਭੰਨ ਕੇ ਵਾਰ ਦਿੱਤਾ, ਮਾਤਾ ਜੀ ਤੁਹਾਡੇ ਘਰ ਐਸਾ ਮਹਾਂਬਲੀ ਯੋਧਾ ਪੈਦਾ ਹੋਵੇਗਾ ਜਿੱਦਾਂ ਮੈਂ ਗੰਢਾ ਭੰਨਿਆ ਇੱਦਾਂ ਜ਼ਾਲਮਾਂ ਦੇ ਸਿਰ ਭੰਨੇਗਾ, ਜਿਹੜੇ ਜ਼ੁਲਮ ਕਰਨ ਵਾਲੇ ਹੋਣਗੇ ਉਹਨਾਂ ਦੇ ਇੱਦਾਂ ਸਿਰ ਭੰਨੇਗਾ। ਬੋਲੋ ਸਤਨਾਮ। ਅਤੇ ਖਾਲਸਾ ਜੀ, ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਸਮਾਂ ਮੋਦੀਖਾਨੇ ਦਾ ਸਮਾਂ ਚਲਾਇਆ, ਫਿਰ ਵੇਈ ਨਦੀ 'ਚ ਲੋਪ ਹੋ ਗਏ, ਅਕਾਲ ਪੁਰਖ ਦੇ ਪਾਸ ਪਹੁੰਚ ਕੇ ਸੋਦਰ ਬਾਣੀ ਦੁਆਰਾ ਉਸਤਤ ਕੀਤੀ ਭਗਵਾਨ ਦੇ, ਅਤੇ ਭਗਵਾਨ ਜੀ ਵੱਲੋਂ ਆਕਾਸ਼ਬਾਣੀ ਹੋਈ ਕਿ ਜਿਹੜੇ ਕੰਮ ਵਾਸਤੇ ਤੁਹਾਨੂੰ ਭੇਜਿਆ ਉਹ ਤੁਸੀਂ ਕੀਤਾ ਕੰਮ, ਅਸੀਂ ਭੇਜਿਆ ਮੇਰਾ ਨਾਮ ਜਪਾਓ। ਅਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਹੱਥ ਜੋੜੇ ਅਤੇ ਬੇਨਤੀ ਕੀਤੀ, ਹੈ ਭਗਵਾਨ ਜੋ ਹੁਕਮ ਦਿਓਗੇ ਉਹ ਸੰਸਾਰ ਦੇ ਲੋਕਾਂ ਨੂੰ ਜਪਾਵਾਂਗੇ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਨੂੰ ਗੁਰੂ ਧਾਰਨਾ ਕੀਤਾ, ਕਿਉਂ ਗੁਰੂ ਨਾਨਕ ਸਾਹਿਬ ਹੈ ਹੀ ਅਕਾਲ ਪੁਰਖ ਦਾ ਰੂਪ ਸੀ, ਉਹ ਸੰਸਾਰ ਵਿੱਚ ਉਹਨਾਂ ਦਾ ਗੁਰੂ ਤਾਂ ਕੋਈ ਹੋ ਨਹੀਂ ਸਕਦਾ। ਜੋਤ ਰੂਪ ਹਰਿਆਪ ਗੁਰੂ ਨਾਨਕ ਹਾਇਓ, ਤਾਂ ਅੰਗਦ ਭਇਓ ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਨ, ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜੁਨ ਭਿਖੋ ਨੈਣ। ਗੁਰੂ ਨਾਨਕ ਸਾਹਿਬ ਹੈ ਹੀ ਪਰਮੇਸ਼ੁਰ ਸੀ, ਜਿੱਥੇ ਵੀ ਮਹਾਰਾਜ ਜਾਂਦੇ ਰਹੇ ਜੇ ਕੋਈ ਪੁੱਛਦਾ ਮਹਾਰਾਜ ਤੁਹਾਡਾ ਨਾਂ ਕੀ ਆ, ਤਾਂ ਮਹਾਰਾਜ ਦੱਸਦੇ ਵੀ ਸਾਡਾ ਨਾਮ ਆ ਨਾਨਕ ਨਿਰੰਕਾਰੀ, ਹੈ ਹੀ ਨਿਰੰਕਾਰ ਸੀ। ਅਕਾਲ ਪੁਰਖ ਨੂੰ ਗੁਰੂ ਧਾਰਨ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਅਤੇ ਅਕਾਲ ਪੁਰਖ ਨੇ ਦੀਖਿਆ ਦਿੱਤੀ, ਮੂਲ ਮੰਤਰ ਦੀ ਦਾਤ ਬਖਸ਼ੀ ਵੀ ਇਹ ਜਗਤ ਦੇ ਲੋਕਾਂ ਨੂੰ ਜਾ ਕੇ ਇਹ ਮੰਤਰ ਸੁਣਾਓ, ਇਸ ਮੰਤਰ ਨੂੰ ਜਿਹੜਾ ਪੜ੍ਹੇਗਾ ਸੁਣੇਗਾ ਉਹਦੀ ਕਲਿਆਣ ਹੋਵੇਗੀ। ਅਤੇ ਤੀਜੇ ਦਿਨ ਮਹਾਰਾਜ ਨਦੀ 'ਚੋਂ ਬਾਹਰ ਆਏ, ਜਿੱਥੇ ਗੁਰਦੁਆਰਾ ਸੰਤ ਘਾਟ ਆ ਜਿੱਧਰੋਂ ਪਾਣੀ ਆਉਂਦਾ ਵੇਈ ਨਦੀ ਦਾ, ਉੱਥੇ ਪ੍ਰਗਟ ਹੋਏ ਅਤੇ ਉੱਥੇ ਮਹਾਰਾਜ ਨੇ ਇਹ ਮੂਲ ਮੰਤਰ ਆਪਣੇ ਮੁੱਖ ਸੇ ਪ੍ਰਗਟ ਕੀਤਾ, ਜੋ ਅਕਾਲ ਪੁਰਖ ਪਰਮਾਤਮਾ ਕੋਲ ਦਾਤ ਲੈ ਕੇ ਆਏ ਮੂਲ ਮੰਤਰ ਦੀ, ਅਤੇ ਸੁਲਤਾਨਪੁਰ ਦੀ ਪਵਿੱਤਰ ਧਰਤੀ 'ਤੇ ਇਹ ਮੰਤਰ ਪ੍ਰਗਟ ਕਰ ਦਿੱਤਾ, ਸੁਣਾ ਦਿੱਤਾ ਸੰਗਤਾਂ ਵੀ ਇਹ ਮੰਤਰ ਪੜ੍ਹਿਆ ਕਰੋ, ਇਹ ਸੁਣਿਆ ਕਰੋ, ਇਹ ਮਹਾਂਮੰਤਰ ਆ। ਮੰਤਰ ਤਾਂ ਹੋਰ ਵੀ ਬਹੁਤ ਨੇ ਧਰਮ ਗ੍ਰੰਥਾਂ ਦੇ, ਹੁਣ ਚਾਰ ਵੇਦਾਂ ਦੇ ਮੰਤਰ, ਫਿਰ ਚਾਰ ਕਿਤਾਬਾਂ ਦੇ ਮੰਤਰ, ਇਹ ਛੇ ਸ਼ਾਸਤਰਾਂ ਦੇ ਮੰਤਰ, ਅਤੇ 18 ਪੁਰਾਣਾਂ ਦੇ ਮੰਤਰ, 27 ਸਿਮਰਤੀਆਂ ਦੇ ਮੰਤਰ, ਗਾਇਤਰੀ ਮੰਤਰ। ਮੰਤਰ ਤਾਂ ਪਹਿਲੇ ਵੀ ਬਹੁਤ ਸੀ ਧਰਮ ਗ੍ਰੰਥਾਂ ਦੇ, ਪਰ ਉਹ ਪੜ੍ਹਨੇ ਔਖੇ ਸੀ, ਉਹ ਸੀ ਸੰਸਕ੍ਰਿਤ ਬੋਲੀ 'ਚ। ਜਿਹੜਾ ਸੰਸਕ੍ਰਿਤ ਪੜ੍ਹਿਆ ਨਹੀਂ ਉਹ ਕਿਸ ਤਰ੍ਹਾਂ ਪੜ੍ਹੇਗਾ, ਉਹ ਨਹੀਂ ਪੜ੍ਹ ਸਕਦਾ। ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ
ਇਹ ਮੂਲ ਮੰਤਰ ਦੇ ਦਾਤ ਦਰਗਾਹ 'ਚੋਂ ਲੈ ਕੇ ਆਏ ਅਤੇ ਇਹ ਸਾਰੇ ਸੰਸਾਰ ਨੂੰ ਮੂਲ ਮੰਤਰ ਸੁਣਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਵਾਰਾਂ ਵਿੱਚ ਕਥਨ ਕਰਦੇ ਨੇ, ਭਾਈ ਗੁਰਦਾਸ ਜੀ ਨੇ 40 ਵਾਰਾਂ ਲਿਖੀਆਂ ਜੋ ਗੁਰੂ ਅਮਰਦਾਸ ਮਹਾਰਾਜ ਦੇ ਭਤੀਜਾ ਜੀ ਭੱਲਿਆਂ ਦੇ ਕੁਣ ਦੇ ਮਹਾਨ ਵਿਦਵਾਨ ਉਹਨਾਂ ਨੂੰ ਵੇਦ ਵਿਆਸ ਦਾ ਅਵਤਾਰ ਮੰਨਦੇ ਆ ਕਿ ਵੇਦ ਵਿਆਸ ਜੀ ਬੜੇ ਮਹਾਨ ਹੋਏ ਆ, ਅਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਵੇਦ ਵਿਆਸ ਦਾ ਹੀ ਰੂਪ ਸੀਗੇ। ਉਹਨਾਂ 40 ਵਾਰਾਂ ਲਿਖੀਆਂ, ਅਕਾਲ ਪੁਰਖ ਦਾ ਜਸ ਲਿਖਿਆ, ਸਤਿਗੁਰ ਜੀ ਦਾ ਜਸ ਲਿਖਿਆ, ਸਤਿਗੁਰ ਜੀ ਦੇ ਸਿੱਖਾਂ ਦਾ ਜਸ ਲਿਖਿਆ, ਅਤੇ ਜਿਹੜੀ ਸਭ ਤੋਂ ਪਹਿਲੀ ਪੌੜੀ ਪਹਿਲੀ ਵਾਰ ਲਿਖਦੇ ਆ 40 ਵਾਰਾਂ 'ਚੋਂ ਸਭ ਤੋਂ ਪਹਿਲੀ ਵਾਰ ਅਤੇ ਪਹਿਲੀ ਵਾਰ ਦੀ ਪਹਿਲੀ ਪੌੜੀ ਤੋਂ ਜਿੱਥੋਂ ਸ਼ੁਰੂ ਕਰਦੇ ਆ ਵਾਰਾਂ, ਉੱਥੇ ਗੁਰੂ ਨਾਨਕ ਦੇਵ ਮਹਾਰਾਜ ਦਾ ਜਸ ਕਰਦੇ ਆ, ਅਤੇ ਗੁਰੂ ਨਾਨਕ ਦੇਵ ਜੋ ਅਕਾਲ ਪੁਰਖ ਦੇ ਘਰੋਂ ਦਾਤ ਲੈ ਕੇ ਆਏ ਮੂਲ ਮੰਤਰ, ਉਹ ਮੂਲ ਮੰਤਰ ਦੀ ਵਡਿਆਈ ਕਰਦੇ ਭਾਈ ਸਾਹਿਬ ਭਾਈ ਗੁਰਦਾਸ ਜੀ। ਭਾਈ ਸਾਹਿਬ ਕਥਨ ਕਰਦੇ, ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ, ਅਤੇ ਮੇਰੀ ਨਮਸਕਾਰ ਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਤੇ ਜਿਨ੍ਹਾਂ ਨੇ ਸਤਨਾਮ ਦਾ ਮੰਤਰ ਸੁਣਾਇਆ ਸਾਰੇ ਜਗਤ ਨੂੰ। ਜਦੋਂ ਅਕਾਲ ਪੁਰਖ ਦੇ ਘਰੋਂ ਸੱਚਖੰਡ 'ਚੋਂ ਇਹ ਦਾਤ ਲੈ ਕੇ ਆਏ ਸੁਲਤਾਨਪੁਰ ਦੀ ਧਰਤੀ 'ਤੇ ਗੁਰਦੁਆਰਾ ਸੰਤ ਘਾਟ ਵਾਲੇ ਅਸਥਾਨ 'ਤੇ, ਜਿੱਥੇ ਹੁਣ ਅੱਗੇ ਹੀ ਉੱਥੇ ਮੂਲ ਮੰਤਰ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਸੀ ਬੜਾ ਸੁੰਦਰ, ਪਰ ਹੁਣ ਉੱਥੇ ਬਹੁਤ ਹੀ ਵੱਡੀ ਇਮਾਰਤ ਬਣ ਰਹੀ ਆ ਸੁਲਤਾਨਪੁਰ, ਉਹ ਮੂਲ ਮੰਤਰ ਦੀ ਯਾਦ ਵਿੱਚ ਵੀ ਇੱਥੇ ਮਹਾਰਾਜ ਨੇ ਇਸ ਧਰਤੀ 'ਤੇ ਮੂਲ ਮੰਤਰ ਆ ਕੇ ਪ੍ਰਗਟ ਕੀਤਾ, ਸੰਗਤ ਨੂੰ ਸੁਣਾਇਆ। ਅਤੇ ਖਾਲਸਾ ਜੀ ਭਾਈ ਸਾਹਿਬ ਕਥਨ ਕਰਦੇ, ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ। ਸਤਨਾਮ ਮੰਤਰ, ਸਤਨਾਮ ਮੰਤਰ ਆ ਮੂਲ ਵਾਚਕ, ਮੂਲ ਮੰਤਰ ਦਾ ਵਾਚਕ ਹੈ ਸਤਨਾਮ। ਸਤਨਾਮ ਇਹ ਮੂਲ ਮੰਤਰ ਦਾ ਵਾਚਕ ਹੈ, ਜੇ ਸਤਨਾਮ ਪੜ੍ਹ ਦਿਉ ਤਾਂ ਮੂਲ ਮੰਤਰ ਪੜ੍ਹਿਆ ਗਿਆ, ਜੇ ਵਾਹਿਗੁਰੂ ਪੜ੍ਹ ਦਿਉ ਤਾਂ ਗੁਰਮੰਤਰ ਪੜ੍ਹਿਆ ਗਿਆ। ਤਾਂ ਹੀ ਕਾਰਸੇ ਵਾਲੇ ਮਹਾਂਪੁਰਖ ਉਹ ਸਤਨਾਮ ਵਾਹਿਗੁਰੂ ਦਾ ਭਜਨ ਕਰਾਉਂਦੇ ਆ, ਜਿਹੜੀ ਸੰਗਤ ਸੇਵਾ 'ਤੇ ਲਿਆਉਂਦੇ ਆ, ਅਤੇ ਸ਼ਾਮ ਨੂੰ ਫਿਰ ਉਹ ਇੱਕ ਜਹੇਦਾਰ ਸਾਹਿਬ ਨੇ ਖੁੰਡਾ ਲੈ ਕੇ ਖਲੋ ਜਾਣਾ, ਅਤੇ ਉਹ ਸਾਰੀ ਸੰਗਤ ਨੂੰ ਆਖਣਾ ਤੁਸੀਂ ਮੇਰੇ ਘੇਰੇ ਘੇਰੇ ਤੁਰੇ ਆਓ, ਕਿਉਂ ਬੈਠਿਆਂ ਨੀਂਦ ਆਉਂਦੀ ਆ। ਅਤੇ ਆਪ ਉਸ ਜਹੇਦਾਰ ਨੇ ਸਤਨਾਮ ਵਾਹਿਗੁਰੂ ਦਾ ਆਪਣੇ ਮੁੱਖ ਤੋਂ ਜਾਪ ਕਰਨਾ, ਅਤੇ ਫਿਰ ਸਾਰੀ ਸੰਗਤ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ। ਕਿਉਂ ਮਹਾਰਾਜ ਦਾ ਭਗਤ ਕਬੀਰ ਜੀ ਦਾ ਵਾਕ ਆ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਰਾਮ ਪਰਮਾਤਮਾ ਮੁਕਤੀ ਦਾ ਦਾਤਾ, ਮੁਕਤੀ ਦੇਣ ਵਾਲਾ, ਪਰ ਸੰਤ ਨਾਮ ਜਪਾਉਂਦੇ ਆ, ਨਾਮ ਜਪਾ ਕੇ ਭਲਾ ਕਰਦੇ ਆ ਸੰਗਤ ਦਾ, ਵੀ ਇਹ ਘਰ ਆਪਣੇ ਘਰਾਂ ਦਾ ਕੰਮ ਛੱਡ ਕੇ ਆਏ ਆ, ਸਾਰੀ ਦਿਹਾੜੀ ਸੇਵਾ ਕੀਤੀ ਆ, ਅਤੇ ਸਿਮਰਨ ਵੀ ਕਰ ਲੈਣ, ਇਹਨਾਂ ਦੀ ਹਾਜ਼ਰੀ ਗੁਰੂ ਨਾਨਕ ਸਾਹਿਬ ਦੇ ਘਰ ਲੱਗ ਜੇ। ਇਸ ਕਰਕੇ ਸੰਤ ਪਰਉਪਕਾਰੀ ਹੁੰਦੇ ਆ, ਸੰਤ ਉਹ ਜਨਮ ਮਰਨ 'ਚ ਨਹੀਂ ਆਉਂਦੇ,
ਜਨਮ ਮਰਨ ਦੇ ਸੰਸਾਰ ਦੇ ਲੋਕ ਆਉਂਦੇ ਆ ਆਪਣੇ ਕਰਮਾਂ ਦੇ ਵਧੇ, ਪਰ ਸੰਤ ਨੇ ਜਨਮ ਮਰਨ ਵਿੱਚ ਆਉਂਦੇ, ਉਹ ਤਾਂ ਜਨਮ ਮਰਨ ਤੋਂ ਰਹਿਤ ਹੁੰਦੇ ਆ, ਉਹ ਤਾਂ ਆਉਂਦੇ ਹੀ ਪਰਉਪਕਾਰ ਅਤੇ ਪਰਉਪਕਾਰ ਵਾਸਤੇ ਆਉਂਦੇ ਆ। ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਸੰਤ ਮਹਾਂਪੁਰਖ ਤਾਂ ਪਰਉਪਕਾਰ ਵਾਸਤੇ ਆਉਂਦੇ ਆ, ਉਹ ਜਨਮ ਮਰਨ ਵਿੱਚ ਨਹੀਂ ਆਉਂਦੇ, ਨਾ ਜਨਮ 'ਚ ਨਾ ਮਰਨ 'ਚ। ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਣ ਮਿਲਾਏ। ਅਤੇ ਨਾਮ ਦਾ ਉਪਦੇਸ਼ ਦੇ ਕੇ ਸੰਗਤਾਂ ਨੂੰ ਸੇਵਾ ਨਾਲ ਜੋੜ ਕੇ ਅਤੇ ਭਲਾ ਕਰਦੇ ਆ। ਸੋ ਖਾਲਸਾ ਜੀ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਮੂਲ ਮੰਤਰ ਸਾਰੇ ਜਗਤ ਦੇ ਉੱਤੇ, ਜਦੋਂ ਸੁਲਤਾਨਪੁਰ ਤੋਂ ਮਹਾਰਾਜ ਤੁਰਨ ਲੱਗੇ, ਜਦੋਂ ਉਦਾਸੀ ਧਾਰਨ ਕਰ ਲਈ, ਬੋਧੀਖਾਨਾ ਵੀ ਲਿਟਾ ਤਾ, ਮਹਾਰਾਜ ਕਹਿੰਦੇ ਲੁੱਟ ਲਓ ਜਿੰਨਾ ਕਿਸੇ ਕੋਲ ਲੁੱਟਿਆ ਜਾਂਦਾ, ਕੋਈ ਕੱਪੜਾ ਲੈ ਗਿਆ, ਕੋਈ ਘਿਓ ਲੈ ਗਿਆ, ਕੋਈ ਖੰਡ ਲੈ ਗਿਆ, ਜੋ ਕਿਸੇ ਨੇ ਲੋੜ ਲੈ ਗਿਆ, ਲਿਟਾ ਤਾ ਸਾਰਾ ਬੋਧੀਖਾਨਾ। ਅਤੇ ਨਵਾਬ ਨੂੰ ਦੱਸਿਆ ਕਿਸੇ ਨੇ ਦੌਲਤ ਖਾਨ, ਉਹ ਵੀ ਬੋਧੀਖਾਨਾ ਅਤੇ ਗੁਰੂ ਨਾਨਕ ਨੇ ਲਿਟਾ ਤਾ। ਅਤੇ ਉਹ ਨਵਾਬ ਕਹਿੰਦਾ ਹਿਸਾਬ ਕਰੋ, ਜਾਂ ਹਿਸਾਬ ਕੀਤਾ। ਇੱਕ ਗੁਰਦੁਆਰਾ ਕੋਠੜੀ ਸਾਹਿਬ ਹੈ ਸੁਲਤਾਨਪੁਰ, 3 ਦਿਨ ਉੱਥੇ ਹਿਸਾਬ ਕਰਦੇ ਰਹੇ, ਵੀ ਮਹਾਰਾਜ ਨੂੰ ਕਹਿੰਦੇ ਆਪਣਾ ਹਿਸਾਬ ਦਿਓ ਮੋਦੀਖਾਨੇ ਦਾ। ਮਹਾਰਾਜ ਕਹਿੰਦੇ ਲਓ, ਬੜੇ ਬੜੇ ਮੁਨਸ਼ੀ ਅਤੇ ਬੜੇ ਬੜੇ ਪੜ੍ਹੇ ਲਿਖੇ, ਉਹ ਬੜੀਆਂ ਡਾਉਣੀਆਂ ਪਾ ਕੇ ਹਿਸਾਬ ਕਰਦੇ ਰਹੇ 5 ਦਿਨ, ਪਰ ਮਹਾਰਾਜ ਦਾ ਵਾਧਾ ਹੀ ਨਿਕਲਿਆ। ਬੋਲੋ ਸਤਨਾਮ ਸ੍ਰੀ। ਜਿਹਨੇ ਨਵਾਬ ਨੂੰ ਪੈਸੇ ਦੇਣੇ ਉਦੋਂ ਵੱਧ ਨਵਾਬ ਵੱਲ ਗਏ ਸੀ, ਅਤੇ ਜੋ ਲਿਟਾ ਤਾ ਉਹ ਤਾਂ ਮਹਾਰਾਜ ਦਾਨ ਪੁੰਨ ਕਰਤਾ। ਅਤੇ ਨਵਾਬ ਕਹਿੰਦਾ ਵੀ ਤੁਸੀਂ ਹੋਰ ਪੈਸੇ ਲਓ ਅਤੇ ਮੋਦੀਖਾਨਾ ਚਲਾਓ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਅਸੀਂ ਮੋਦੀਖਾਨਾ ਨਹੀਂ ਚਲਾਉਣਾ, ਸਾਨੂੰ ਤਾਂ ਜੋ ਪਰਮਾਤਮਾ ਨੇ ਜਿਹੜੇ ਕੰਮ ਵਾਸਤੇ ਭੇਜਿਆ ਅਸੀਂ ਤਾਂ ਉਹ ਕੰਮ ਕਰਨਾ। ਸਾਨੂੰ ਪਰਮਾਤਮਾ ਨੇ ਭੇਜਿਆ ਮੇਰਾ ਨਾਮ ਜਪਾਓ। ਪਹਿਲੇ ਬੜੇ ਬੜੇ ਨੂੰ ਘਲਾਉਂਦੇ ਰਹੇ ਭਗਵਾਨ, ਅਤੇ ਪਹਿਲਾਂ ਦੇਵਤੇ ਘਲਾਏ ਮੇਰਾ ਨਾਮ ਜਪਾਓ, ਉਹ ਵੀ ਆਪਣਾ ਹੀ ਨਾਮ ਜਪਾਉਣ ਲੱਗ ਪਏ। ਫਿਰ ਦੈਂਤ ਘਲਾਏ, ਦੈਂਤ ਵੀ ਆਪਣਾ ਨਾਮ ਜਪਾਉਣ ਲੱਗ ਪਏ। ਉਹ ਬੜੀਆਂ ਬੜੀਆਂ ਸ਼ਕਤੀਆਂ ਘਲਾਈਆਂ ਮਹਾਰਾਜ ਨੇ, ਪਰ ਉਹ ਆਪਣਾ ਹੀ ਨਾਮ ਜਪਾਉਣ ਲੱਗ ਪਏ, ਪਰਮਾਤਮਾ ਦਾ ਨਾਮ ਕਿਸੇ ਨੇ ਜਪਾਇਆ। ਅਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਾਂ ਵਾਕਿਆ, ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣਾ ਰਾਹ ਚਲਾਇਓ। ਤਨਕ ਹੁੰਦਾ ਥੋੜ੍ਹੀ ਜਿਹੀ ਸਿੱਧੀ, ਜਿਹਨੇ ਥੋੜ੍ਹੀ ਜਿਹੀ ਸਿੱਧੀ ਪ੍ਰਾਪਤ ਹੋ ਗਈ ਉਹਨੇ ਆਪਣਾ ਰਾਹ ਚਲਾਇਆ, ਉਹਨੇ ਆਪਣੀ ਸੰਪਰਦਾ ਚਲਾ ਲਈ, ਉਹਨੇ ਆਪਣੀ ਜਥੇਬੰਦੀ ਚਲਾ ਲਈ। ਆਪਣੇ ਨਾਲ ਹੀ ਜੋੜਦੇ ਰਹੇ ਸੰਸਾਰ ਦੇ ਲੋਕਾਂ ਨੂੰ, ਅਕਾਲ ਪੁਰਖ ਦਾ ਨਾਮ ਨਹੀਂ ਕਿਸੇ ਨੇ ਜਪਾਇਆ। ਇਹ ਦਸਮ ਮਹਾਰਾਜ ਦੀ ਬਾਣੀ, ਬਚਿੱਤਰ ਨਾਟਕ ਬਾਣੀ ਪੜ੍ਹ ਕੇ ਦੇਖੋ। ਖਾਲਸਾ ਜੀ, ਦਸਵੇਂ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਪੜ੍ਹਿਆ ਕਰੋ। ਜਿੱਥੇ ਜਪਜੀ ਸਾਹਿਬ ਪੜ੍ਹਦੇ ਉੱਥੇ ਜਾਪ ਸਾਹਿਬ ਪੜ੍ਹਿਆ ਕਰੋ, ਜਿੱਥੇ ਸ਼੍ਰੀ ਸੁਖਮਨੀ ਸਾਹਿਬ ਪੜ੍ਹਦੇ ਉੱਥੇ ਅਕਾਲ ਉਸਤਤ ਬਾਣੀ ਪੜ੍ਹਿਆ ਕਰੋ। ਦਸਵੇਂ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਦਾ ਵੀ ਜਾਪ ਕਰਿਆ ਕਰੋ ਸਤਸੰਗ ਜੀ, ਉਹ ਸ਼ਕਤੀ ਵਾਲੀ ਬਾਣੀ ਆ। ਮਹਾਰਾਜ ਜਦੋਂ ਖੰਡੇ ਬਾਟੀ ਦਾ ਅੰਮ੍ਰਿਤ ਤਿਆਰ ਕੀਤਾ ਦਸਮ ਪਾਤਸ਼ਾਹ ਨੇ, ਅਤੇ ਭਗਤੀ ਅਤੇ ਸ਼ਕਤੀ ਮਿਲਾ ਕੇ ਕੀਤਾ,
ਆਦਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਭਗਤੀ ਆ, ਇਹਦੇ ਪੜ੍ਹਨ ਨਾਲ ਸੁਣਨ ਨਾਲ ਸ਼ਾਂਤੀ ਆਉਂਦੀ ਆ। ਪਰ ਦਸਮ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਆ ਸ਼ਕਤੀ, ਉਹਦੇ ਪੜ੍ਹਨ ਦੇ ਨਾਲ ਸ਼ਕਤੀ ਪ੍ਰਾਪਤ ਹੁੰਦੀ ਆ। ਮਹਾਰਾਜ ਭਗਤੀ ਅਤੇ ਸ਼ਕਤੀ ਮਿਲਾ ਕੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਖਾਲਸੇ ਪੰਥ ਨੂੰ ਸਜਾਇਆ। ਅਤੇ ਖਾਲਸਾ ਜੀ, ਇਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਤਰਨਾ ਦਲ, ਦਲ ਬਾਬਾ ਬਿਧੀ ਚੰਦ, ਹੋਰ ਵੀ ਜਿੰਨੇ ਦਲ ਆ, ਇਹਨਾਂ ਨੇ ਦਸਵੇਂ ਪਾਤਸ਼ਾਹ ਦੇ ਬਾਣੇ ਨੂੰ ਸਾਂਭ ਕੇ ਰੱਖਿਆ। ਇਹਨਾਂ ਦੀ ਇਹੀ ਬਹੁਤ ਵੱਡੀ ਕੁਰਬਾਨੀ ਆ ਕਿ ਦਸਵੇਂ ਪਾਤਸ਼ਾਹ ਦੇ ਬਾਣੇ ਨੂੰ ਸਾਂਭਿਆ ਅਤੇ ਦਸਵੇਂ ਪਾਤਸ਼ਾਹ ਦੀ ਗੁਰਬਾਣੀ ਨੂੰ ਸਾਂਭ ਕੇ ਰੱਖਿਆ। ਬੜੇ ਬੜੇ ਜ਼ਾਲਮ ਲੋਕ ਆਉਂਦੇ ਰਹੇ ਵੀ ਇਹ ਬਾਣੀ ਨੂੰ ਖਤਮ ਕਰ ਦਈਏ, ਪਰ ਖਾਲਸੇ ਪੰਥ ਨੇ ਬੜੀਆਂ ਬੜੀਆਂ ਕੁਰਬਾਨੀਆਂ ਕਰਕੇ ਅਤੇ ਦਸਵੇਂ ਪਾਤਸ਼ਾਹ ਦੀ ਬਾਣੀ ਨੂੰ ਜਿਉਂ ਕਾ ਤਿਉਂ ਰੱਖਿਆ। ਅਤੇ ਖਾਲਸਾ ਜੀ, ਇੱਥੇ ਇੰਗਲੈਂਡ ਦੀ ਧਰਤੀ 'ਤੇ ਹੀ ਜੋ ਕਿ ਵਿੱਚ ਮਾਨਚੈਸਟਰ ਸ਼ਹਿਰ ਆ, ਅਤੇ ਉੱਥੇ ਸਾਨੂੰ ਉੱਥੇ ਬਹੁਤ ਵੱਡੀ ਲਾਇਬ੍ਰੇਰੀ ਆ, ਸਭ ਧਰਮਾਂ ਦੇ ਗ੍ਰੰਥ ਉੱਥੇ ਰੱਖੇ ਆ, ਅਤੇ ਸਾਨੂੰ ਵੀ ਉੱਥੇ ਜਾਣ ਦਾ ਸਮਾਂ ਪ੍ਰਾਪਤ ਹੋ ਗਿਆ। ਅਤੇ ਅਸੀਂ ਉੱਥੇ ਜਾ ਕੇ ਦੇਖਿਆ ਕਿ ਆਦਿ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਧਰਮਾਂ ਦੇ ਗ੍ਰੰਥਾਂ ਤੋਂ ਉੱਪਰ ਆ, ਸਾਰੇ ਧਰਮਾਂ ਦੇ ਗ੍ਰੰਥ ਆ ਲਾਇਬ੍ਰੇਰੀ ਵਿੱਚ, ਪਰ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਦਸਮ ਗੁਰੂ ਗ੍ਰੰਥ ਸਾਹਿਬ ਸਾਰੇ ਧਰਮਾਂ ਦੇ ਗ੍ਰੰਥਾਂ ਤੋਂ ਉੱਪਰ ਸੁੱਖ ਆਸਣ ਆ, ਆਦਿ ਗੁਰੂ ਗ੍ਰੰਥ ਸਾਹਿਬ ਦਾ ਅਤੇ ਨਾਲ ਦਸਮ ਗੁਰੂ ਗ੍ਰੰਥ ਸਾਹਿਬ ਦਾ। ਸੋ ਸਾਨੂੰ ਦਰਸ਼ਨ ਕਰਨ ਦਾ ਸਮਾਂ ਪ੍ਰਾਪਤ ਹੋਇਆ ਅਤੇ ਉਹ ਅਸੀਂ ਆਦਿ ਗੁਰੂ ਗ੍ਰੰਥ ਸਾਹਿਬ ਦਾ ਕਿ ਉਹਨਾਂ ਪ੍ਰਕਾਸ਼ ਵਾਸਤੇ ਜਗ੍ਹਾ ਬਣਾਈ ਲਾਇਬ੍ਰੇਰੀ ਵਿੱਚ, ਉੱਪਰ ਚੰਦੋਆ ਲਾਇਆ ਅਤੇ ਮੰਜੀ ਸਾਹਿਬ ਪੀੜਾ ਦੇ ਉੱਤੇ ਸਰਾਣੇ ਗਦੇਲਾ ਰੁਮਾਲ ਰੱਖੇ ਆ, ਚੌਰ ਰੱਖਿਆ ਵੀ ਜੇ ਕੋਈ ਦਰਸ਼ਨ ਕਰਨ ਆਵੇ ਤਾਂ ਮਹਾਰਾਜ ਦਾ ਸਰੂਪ ਇੱਥੇ ਲਿਆ ਕੇ ਅਤੇ ਪ੍ਰਕਾਸ਼ ਕਰਕੇ ਅਤੇ ਦਰਸ਼ਨ ਕਰ ਲਏ। ਆਦਿ ਗੁਰੂ ਗ੍ਰੰਥ ਸਾਹਿਬ ਜੀ ਹੱਥ ਲਿਖਤ, ਅਤੇ ਅਸਾਂ ਨੇ ਆਦਿ ਗੁਰੂ ਗ੍ਰੰਥ ਸਾਹਿਬ ਦਾ ਵੀ ਦਰਸ਼ਨ ਕੀਤਾ, ਫਿਰ ਉਹਨਾਂ ਸਾਨੂੰ ਦਸਮ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਕਰਾ ਕੇ ਦਰਸ਼ਨ ਕਰਾਇਆ। ਅਤੇ ਲਿਖਤੀ ਰੂਪ ਉਹ ਲਾਹੌਰ ਦਰਬਾਰ 'ਚੋਂ ਆਏ ਆ ਦੋਵੇਂ ਗ੍ਰੰਥ, ਕਿਉਂ ਰਾਜਾ ਰਣਜੀਤ ਸਿੰਘ ਜੀ ਜਿਹੜੇ ਮਹਾਨ ਸ਼ੇਰੇ ਪੰਜਾਬ, ਪੰਜਾਂ ਦਰਿਆਵਾਂ ਦੀ ਧਰਤੀ 'ਤੇ ਰਾਜੇ ਸੀ, ਅਤੇ ਸ਼ੇਰੇ ਪੰਜਾਬ ਉਹਨਾਂ ਦਾ ਨਾਮ ਆ, ਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਪੰਜਾਬ ਦਾ ਸ਼ੇਰ। ਅਤੇ ਉਹ ਦੋਵਾਂ ਗ੍ਰੰਥਾਂ ਤੋਂ ਰੋਜ਼ ਪਾਠ ਸੁਣਿਆ ਕਰਦੇ ਸੀ, ਜਦੋਂ ਇਸ਼ਨਾਨ ਕਰਕੇ ਸ਼ਸਤਰ ਬਸਤਰ ਪਹਿਨ ਕੇ ਦਰਬਾਰ 'ਚ ਆਉਂਦੇ ਅਤੇ ਗ੍ਰੰਥੀ ਸਿੰਘ ਉਹਨਾਂ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਦਾ ਅੱਧਾ ਘੰਟਾ ਪਾਠ ਸੁਣਾਉਂਦਾ, ਸਹਿਜ ਪਾਠ ਆਰੰਭ ਕਰਾਇਆ ਹੁੰਦਾ ਸੀ। ਅਤੇ ਉਦੋਂ ਬਾਅਦ ਅੱਧਾ ਘੰਟਾ ਦਸਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਾਉਣੀ, ਦਸਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਸਹਿਜ ਪਾਠ ਆਰੰਭ ਹੁੰਦਾ ਸੀ। ਅੱਧਾ ਘੰਟਾ ਆਦਿ ਗੁਰੂ ਗ੍ਰੰਥ ਸਾਹਿਬ ਸੁਣਨਾ ਰਾਜਾ ਰਣਜੀਤ ਸਿੰਘ ਨੇ, ਅਤੇ ਅੱਧਾ ਘੰਟਾ ਦਸਮ ਗੁਰੂ ਗ੍ਰੰਥ ਸਾਹਿਬ ਸੁਣਨਾ। ਜਦੋਂ ਭੋਗ ਪੈ ਜਾਣਾ
ਕਿਉਂ ਸਹਿਜ ਪਾਠ ਹੁੰਦਾ ਸੀ, ਜਦੋਂ ਭੋਗ ਪੈ ਜਾਣਾ ਫਿਰ ਆਰੰਭ ਕਰਾ ਦੇਣਾ। ਅਤੇ ਉਹ ਐਡੇ ਵੱਡੇ ਸਰੋਤੇ ਸੀ ਰਾਜਾ ਰਣਜੀਤ ਸਿੰਘ ਜੀ ਕਿ ਉਹਨਾਂ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗੁਰੂ ਗ੍ਰੰਥ ਸਾਹਿਬ ਸਾਰਾ ਹੀ ਜਵਾਨੀ ਯਾਦ ਹੋ ਗਿਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ, ਸਰੋਤੇ ਨੂੰ ਜ਼ਿਆਦਾ ਫਲ ਮਿਲਦਾ, ਜਾਂ ਗੁਰਬਾਣੀ ਪੜ੍ਹੇਗਾ, ਕੀਰਤਨ ਕਰੇਗਾ, ਕਥਾ ਕਰੇਗਾ, ਉਹਨੂੰ ਤਾਂ ਇੱਕ ਫਲ ਮਿਲੇਗਾ। ਜਿਹੜਾ ਸਰੋਤਾ ਹੋਵੇਗਾ ਸੁਣਨ ਵਾਲਾ, ਉਹਨੂੰ ਤਿੰਨ ਫਲ ਮਿਲਣਗੇ, ਦੋ ਇਸੇ ਵੱਧ ਫਲ ਮਿਲੂਗਾ। ਉਹ ਗੁਰੂ ਅਰਜਨ ਦੇਵ ਮਹਾਰਾਜ ਦਾ ਮਾਂ ਵਾਕ ਆ ਸ੍ਰੀ ਸੁਖਮਨੀ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ। ਪਵਿੱਤਰ 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 ਪਨੀਤ, ਤਿੰਨ ਵਾਰ ਪਵਿੱਤਰ ਗਈ ਅਤੇ ਫਿਰ ਪਨੀਤ ਸ਼ਬਦ ਬਣਦਾ। ਅਤੇ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਦਾ ਮਾਂ ਵਾ ਕਿਹਾ, ਸੁਣ ਤੇ ਪਨੀਤ ਕਹਿ ਤੇ ਪਵਿੱਤ। ਗੁਰਬਾਣੀ ਕਹਿਣ ਵਾਲੇ, ਕੀਰਤਨ ਕਰਨ ਵਾਲੇ, ਕਥਾ ਕਰਨ ਵਾਲੇ ਇਹ ਤਾਂ ਪਵਿੱਤਰ, ਪਰ ਸੁਣਨ ਵਾਲੇ ਪਨੀਤ। ਸੁਣਨ ਵਾਲਿਆਂ ਨੂੰ ਬਹੁਤਾ ਫਲ ਮਿਲਦਾ। ਰਾਜਾ ਰਣਜੀਤ ਸਿੰਘ ਐਡੇ ਸਰੋਤੇ ਸੀਗੇ ਮਹਾਰਾਜ ਦੀ ਬਾਣੀ ਸੁਣਦੇ, ਅੱਧਾ ਘੰਟਾ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਦੇ ਅਤੇ ਅੱਧਾ ਘੰਟਾ ਦਸਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਦੇ। ਅਤੇ ਦੋਵੇਂ ਸਰੂਪ ਆਦਿ ਗੁਰੂ ਗ੍ਰੰਥ ਸਾਹਿਬ, ਦਸਮ ਗੁਰੂ ਗ੍ਰੰਥ ਸਾਹਿਬ ਰਾਜਾ ਰਣਜੀਤ ਸਿੰਘ ਦੇ ਜਵਾਨੀ ਹੋ ਗਏ ਸੁਣ ਸੁਣ ਕੇ। ਉਹ ਲਾਹੌਰ ਦਰਬਾਰ 'ਚੋਂ ਆਏ ਆ ਦੋਵੇਂ ਦਰਬਾਰ, ਜਿਹੜੇ ਲਿਖਤੀ ਰੂਪ ਆ ਮਾਨਚੈਸਟਰ ਸ਼ਹਿਰ ਲਾਇਬ੍ਰੇਰੀ ਵਿੱਚ, ਉੱਥੋਂ ਹੀ ਅੰਗਰੇਜ਼ ਲੈ ਕੇ ਆਏ ਸੀ ਅਤੇ ਉਹਨਾਂ ਅਜੇ ਤੱਕ ਸਾਂਭ ਕੇ ਰੱਖੇ ਆ। ਆਦਿ ਗੁਰੂ ਗ੍ਰੰਥ ਸਾਹਿਬ ਲਿਖਤੀ ਰੂਪ ਅਤੇ ਦਸਮ ਗੁਰੂ ਗ੍ਰੰਥ ਸਾਹਿਬ ਦੇ ਲਿਖਤੀ ਰੂਪ, ਦੋਵੇਂ ਮਹਾਰਾਜ ਦੇ ਸਰੂਪ, ਲਿਖਤੀ ਰੂਪ ਅਜੇ ਤਾਈਂ ਸਾਂਭ ਕੇ ਰੱਖੇ ਆ ਅਤੇ ਗੁਰੂ ਕੇ ਸਿੰਘ ਦਰਸ਼ਨ ਕਰਦੇ ਆ। ਇਹ ਖਾਲਸਾ ਜੀ, ਉਹ ਰਾਜਾ ਰਣਜੀਤ ਸਿੰਘ ਉਹਨਾਂ ਤੋਂ ਪਾਠ ਸੁਣਦੇ ਹੁੰਦੇ ਸੀ ਆਦਿ ਗੁਰੂ ਗ੍ਰੰਥ ਸਾਹਿਬ ਦਾ ਅਤੇ ਦਸਮ ਗੁਰੂ ਗ੍ਰੰਥ ਸਾਹਿਬ ਦਾ ਲਿਖਤੀ ਸਰੂਪਾਂ ਤੋਂ। ਅਤੇ ਉਹ ਸਰੂਪ ਅੰਗਰੇਜ਼ ਫਿਰ ਇੱਥੇ ਨੰਦਨ ਇਸ ਇੰਗਲੈਂਡ ਦੇਸ਼ ਵਿੱਚ ਲਏ ਸੀ ਅਤੇ ਅਜੇ ਤੱਕ ਉਹ ਸਾਂਭ ਕੇ ਰੱਖੇ ਆ। ਅਤੇ ਖਾਲਸਾ ਜੀ, ਲਿਖਤੀ ਸਰੂਪਾਂ ਦਾ ਕਿੱਥੇ ਕਿੱਥੇ ਪ੍ਰਕਾਸ਼ ਹੁੰਦਾ? ਸ੍ਰੀ ਹਜ਼ੂਰ ਸਾਹਿਬ ਪ੍ਰਕਾਸ਼ ਹੁੰਦਾ ਲਿਖਤੀ ਸਰੂਪਾਂ ਦਾ। ਆਦਿ ਗੁਰੂ ਗ੍ਰੰਥ ਸਾਹਿਬ ਲਿਖਤ ਸਰੂਪ ਅਤੇ ਦਸਮ ਗੁਰੂ ਗ੍ਰੰਥ ਸਾਹਿਬ ਲਿਖਤੀ ਸਰੂਪ। ਆਦਿ ਮਹਾਰਾਜ ਦਾ ਪ੍ਰਕਾਸ਼ ਹੁੰਦਾ ਅਤੇ ਦਸਮ ਮਹਾਰਾਜ ਦਾ ਪ੍ਰਕਾਸ਼ ਹੁੰਦਾ ਅਤੇ ਦੋਵਾਂ ਸਰੂਪਾਂ ਦੇ ਹੁਕਮਨਾਮੇ ਲਿਖੇ ਜਾਂਦੇ ਵੀ ਅੱਜ ਆਦਿ ਗੁਰੂ ਗ੍ਰੰਥ ਸਾਹਿਬ ਦਾ ਆਹ ਮਹਾਂਵਾਕ ਆਇਆ ਲਿਖਿਆ ਜਾਂਦਾ ਅਤੇ ਬਰਾਬਰ 'ਤੇ ਲਿਖਿਆ ਜਾਂਦਾ ਵੀ ਇਹ ਦਸਮ ਗੁਰੂ ਗ੍ਰੰਥ ਸਾਹਿਬ ਦਾ ਮਹਾਂਵਾਕ ਆਇਆ। ਅਤੇ ਸਾਰੀ ਦਿਹਾੜੀ ਸੰਗਤਾਂ ਦਰਸ਼ਨ ਕਰਦੀਆਂ ਅਤੇ ਸਾਰੀ ਦਿਹਾੜੀ ਉਹ ਜਿੱਥੇ ਆਦਿ ਗੁਰੂ ਗ੍ਰੰਥ ਸਾਹਿਬ ਦਾ ਮਹਾਂਵਾਕ ਪੜ੍ਹਦੀਆਂ ਉੱਥੇ ਦਸਮ ਗੁਰੂ ਗ੍ਰੰਥ ਸਾਹਿਬ ਦਾ ਵੀ ਮਹਾਂਵਾਕ ਪੜ੍ਹ ਕੇ ਆਪਣਾ ਜਨਮ ਸਫਲਾ ਕਰਦੀਆਂ। ਇੱਕ ਹਜ਼ੂਰ ਸਾਹਿਬ ਦਾ ਤਖ਼ਤ ਹੀ ਆ ਸੱਚਖੰਡ ਤਖ਼ਤ, ਜਿੱਥੇ ਲਿਖਤੀ ਸਰੂਪਾਂ ਦਾ ਪ੍ਰਕਾਸ਼ ਹੁੰਦਾ। ਚਾਹੇ ਪਟਨਾ ਸਾਹਿਬ ਦਾ ਪਵਿੱਤਰ ਤਖ਼ਤ, ਉੱਥੇ ਵੀ ਲਿਖਤੀ ਸਰੂਪ ਵਿੱਚ ਪ੍ਰਕਾਸ਼ ਹੁੰਦਾ। ਪਰ ਪੰਜਾਬ ਵਿੱਚ ਜਿੰਨੇ ਤਖ਼ਤ ਵਾ, ਜਿੰਨੇ ਗੁਰਧਾਮ ਆ, ਜਿੰਨੇ ਪਵਿੱਤਰ ਅਸਥਾਨ ਆ,
ਉੱਥੇ ਤਾਂ ਦਸਮ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਦੇ ਹੀ ਨਹੀਂ, ਲਿਖਤੀ ਰੂਪ 'ਚ ਕਿਹਨੇ ਕਰਨਾ? ਉਹ ਪਾਦਸ਼ ਰੂਪ ਦਾ ਵੀ, ਪਾਦਸ਼ੇਦ ਸਰੂਪ ਦਾ ਵੀ ਨਹੀਂ ਪ੍ਰਕਾਸ਼ ਕਰਦੇ ਕਮੇਟੀ ਵਾਲੇ। ਇਹ ਤਾਂ ਉਹਨਾਂ ਦੀ ਭੁੱਲ ਆ ਬਹੁਤ ਵੱਡੀ। ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਨੇ ਇਹ ਸਾਂਭ ਕੇ ਰੱਖੀ ਬਾਣੀ ਦਸਵੇਂ ਪਾਤਸ਼ਾਹ ਦੀ, ਬੁੱਢਾ ਦਲ, ਤਰਨਾ ਦਲ, ਦਲ ਬਾਬਾ ਬਿਧੀ ਚੰਦ ਸਾਹਿਬ, ਉਹ ਪ੍ਰਕਾਸ਼ ਕਰਾਉਂਦੇ ਆ। ਆਦਿ ਮਹਾਰਾਜ ਦਾ ਪ੍ਰਕਾਸ਼ ਕਰਾਉਂਦੇ ਆ, ਦਸਮ ਮਹਾਰਾਜ ਪ੍ਰਕਾਸ਼ ਕਰਾਉਂਦੇ, ਨਾਲ ਸਰਬਲੋਕ ਗ੍ਰੰਥ ਸਾਹਿਬ ਦਾ ਕਰਾਉਂਦੇ ਆ। ਜੇ ਸਰਬਲੋਕ ਗ੍ਰੰਥ ਸਾਹਿਬ ਦਾ ਬਹੁਤਿਆਂ ਨੂੰ ਪਤਾ ਨਹੀਂ ਵੀ ਦਸਵੇਂ ਪਾਤਸ਼ਾਹ ਦੇ ਮੁੱਖ ਤੋਂ ਇਹ ਸਰਬਲੋਕ ਗ੍ਰੰਥ ਵੀ ਮਹਾਰਾਜ ਨੇ ਆਪਣੇ ਮੁੱਖ ਤੋਂ ਆਪਣੇ ਕੰਠੋਂ ਉਚਾਰਨ ਕਰਕੇ ਲਿਖਵਾਇਆ ਹਜ਼ੂਰ ਸਾਹਿਬ ਦੀ ਧਰਤੀ 'ਤੇ। ਉਹ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਸਾਰੇ ਗੁਰਦੁਆਰਿਆਂ ਵਿੱਚ ਸਰਬਲੋ ਦੇ ਪ੍ਰਕਾਸ਼ ਵੀ ਹੁੰਦੇ ਆ ਅਤੇ ਦਸਮ ਦੇ ਪ੍ਰਕਾਸ਼ ਵੀ ਹੁੰਦੇ ਆ, ਪਰ ਪੰਜਾਬ ਵਿੱਚ ਨਹੀਂ ਹੁੰਦੇ। ਇਹ ਕਮੇਟੀ ਦੀ ਢਿੱਲ ਆ। ਜੇ ਕਮੇਟੀ ਕਰਨਾ ਚਾਹਵੇ ਤਾਂ ਹੋ ਜਾਣ। ਖਾਲਸਾ ਜਿਹੜਾ ਪੁੱਤਰ ਆਪਣੇ ਪਿਤਾ ਦੇ ਬਚਨਾਂ ਨੂੰ ਨਹੀਂ ਮੰਨਦਾ, ਉਹ ਫਿਰ ਪੁੱਤਰ ਕਿੱਦਾਂ ਅਖਵਾ ਸਕਦਾ? ਇਹ ਦਸਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸਰਬੰਸ ਵਾਰ ਕੇ ਅਤੇ ਸਾਨੂੰ ਗੁਰਸਿੱਖੀ ਦੀ ਦਾਤ ਬਖਸ਼ੀ ਆ, ਅਤੇ ਇਹ ਆਦਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਤੇ ਦਸਮ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਤੇ ਸ੍ਰੀ ਸਰਬਲੋਕ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਦਾਤ ਬਖਸ਼ੀ ਆ। ਇਹ ਦਸਵੇਂ ਪਾਤਸ਼ਾਹ ਦੀ ਕੁਰਬਾਨੀ ਆ, ਸਰਬੰਸ ਵਾਰ ਕੇ ਇਹ ਦਾਤ ਬਖਸ਼ੀ ਆ। ਅਤੇ ਜੇ ਅਸੀਂ ਉਹਨਾਂ ਦੀ ਬਾਣੀ ਨੂੰ ਪੜ੍ਹਾਂਗੇ ਨਹੀਂ ਤਾਂ ਫਿਰ ਅਸੀਂ ਸਿੱਖ ਕੀ ਹੋਏ? ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਫਿਰ ਕਿਸ ਤਰ੍ਹਾਂ ਦਸਵੇਂ ਪਾਤਸ਼ਾਹ ਦੇ ਕਿਸ ਤਰ੍ਹਾਂ ਸਿੱਖ ਅਖਵਾਵਾਂਗੇ ਜੇ ਅਸੀਂ ਦਸਵੇਂ ਪਾਤਸ਼ਾਹ ਦੀ ਗੁਰਬਾਣੀ ਨੂੰ ਪੜ੍ਹਾਂਗੇ ਹੀ ਨਹੀਂ, ਸੁਣਾਂਗੇ ਹੀ ਨਹੀਂ, ਪ੍ਰਕਾਸ਼ ਹੀ ਨਹੀਂ ਕਰਾਂਗੇ? ਤਾਂ ਫਿਰ ਤਾਂ ਅਸੀਂ ਕਿਰਤ ਘਣ ਹੋ ਗਏ। ਕਿਉਂ? ਦਸਵੇਂ ਪਾਤਸ਼ਾਹ ਦੇ ਪਾਰਵਕਾਰ ਕੀਤਾ ਅਤੇ ਇਹ ਗੁਰਬਾਣੀ ਦੀ ਰਚਨਾ ਕਰਕੇ ਇਹ ਖਾਲਸੇ ਪੰਥ ਨੂੰ ਬਖਸ਼ੀ ਹੈ, ਅਤੇ ਖਾਲਸੇ ਪੰਥ ਨੇ ਅਜੇ ਤਾਈਂ ਜਿਉਂ ਕੀ ਤਿਉਂ ਸਾਂਭ ਕੇ ਰੱਖੀ ਹੈ। ਗੁਰੂ ਗੋਬਿੰਦ ਸਿੰਘ ਦਾ ਬਾਣਾ ਰੱਖਿਆ ਜਿਉਂ ਕਾ ਤਿਉਂ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੁਰਬਾਣੀ ਜਿਉਂ ਕੀ ਤਿਉਂ ਸਾਂਭ ਕੇ ਰੱਖੀ ਆ। ਇਹ ਖਾਲਸੇ ਪੰਥ ਦੀ ਵਡਿਆਈ ਆ। ਅਤੇ ਖਾਲਸਾ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਜਦੋਂ ਉੱਥੋਂ ਸੁਲਤਾਨਪੁਰ ਤੋਂ ਤੁਰਨ ਲੱਗੇ, ਉਦਾਸੀ ਧਾਰਨ ਕੀਤੀ, ਅਤੇ ਇੱਕ ਮਹਾਰਾਜ ਦਾ ਸੇਵਕ ਸੀ ਖਰਬੂਜੇ ਸ਼ਾਹ ਫੱਕਰ, ਅਤੇ ਉਹਨੇ ਬੜਾ ਫਿਕਰ ਕੀਤਾ। ਕਹਿੰਦਾ, ਮਹਾਰਾਜ ਤੁਸੀਂ ਇੱਥੇ ਸੀ, ਤੁਹਾਡਾ ਦਰਸ਼ਨ ਹੋ ਜਾਂਦਾ ਸੀ, ਅਤੇ ਤੁਸੀਂ ਹੁਣ ਵਿਦੇਸ਼ਾਂ ਨੂੰ ਚਲੇ ਗਏ, ਅਤੇ ਸਾਨੂੰ ਕਿੱਦਾਂ ਦਰਸ਼ਨ ਹੋਵੇਗਾ? ਅਤੇ ਮਹਾਰਾਜ ਨੇ, ਭਾਈ ਭਗੀਰਥ ਹੋਇਆ ਮਹਾਰਾਜ ਸੇਵਕ, ਉਹ ਦਾਤਣਾ ਲਿਆ ਕੇ ਦਿੰਦਾ ਹੁੰਦਾ ਸੀ ਮਹਾਰਾਜ ਰੋਜ਼। ਅਤੇ ਮਹਾਰਾਜ ਨੇ ਇੱਕ ਦਾਤਣ ਕਰਕੇ ਅਤੇ ਵੇਈ ਨਦੀ ਦੇ ਕੰਢੇ ਦੇ ਗੜਤੇ, ਅਤੇ ਮਹਾਰਾਜ ਕਹਿੰਦੇ, ਖਰਬੂਜੇ ਸ਼ਾਹ ਇਸ ਦਾਤਣ ਦਾ ਦਰਸ਼ਨ ਕਰ ਲਿਆ ਕਰੇ, ਇਹਨੇ ਇਹ ਬੇਰੀ ਦਾ ਰੂਪ ਹੋ ਜਾਣਾ, ਇਹ ਬੇਰੀ ਦਾ ਬਿਰਸ਼ ਬਣ ਜਾਣਾ, ਤੂੰ ਇਹਦਾ ਦਰਸ਼ਨ ਕਰ ਲਿਆ ਕਰੇ, ਸਾਡੇ ਦਰਸ਼ਨ ਦਾ ਵੀ ਫਲ ਮਿਲੂਗਾ। ਉਹ ਬੇਰ ਅਜੇ ਤੱਕ ਮੌਜੂਦ ਆ, ਸੰਗਤ ਦਰਸ਼ਨ ਕਰਦੇ ਆ। ਅਤੇ ਬੇਬੇ ਨਾਨਕੀ ਕਹਿੰਦੀ, ਮਹਾਰਾਜ ਤੁਸੀਂ ਇੱਥੇ ਹੀ ਤੁਹਾਡਾ ਦਰਸ਼ਨ ਹੋ ਜਾਂਦਾ ਸੀ, ਜਿਸ ਤਰ੍ਹਾਂ ਤੁਸੀਂ ਹੁਣ ਸੰਗਤਾਂ ਨੂੰ ਤਾਰਨ ਚਲੇ ਗਏ, ਸਾਨੂੰ ਕਿੱਦਾਂ ਦਰਸ਼ਨ ਹੋਵੇਗਾ? ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਵਚਨ ਕੀਤਾ ਬੇਬੇ ਆਪਣੀ ਭੈਣ ਜੀ ਨੂੰ, ਬੇਬੇ ਜਦੋਂ ਯਾਦ ਕਰੋਗੇ ਉਸੇ ਵੇਲੇ ਹਾਜ਼ਰ ਹੋਵਾਂਗਾ, ਭਾਵੇਂ ਮੈਂ ਲੱਖਾਂ ਖੂਹਾਂ 'ਤੇ ਹੋਵਾਂ ਅਤੇ ਭਾਵੇਂ ਮੈਂ ਕਰੋੜਾਂ ਖੂਹਾਂ 'ਤੇ ਹੋਵਾਂ,
ਜਦੋਂ ਯਾਦ ਕਰੋਗੇ ਉਸੇ ਵੇਲੇ ਹਾਜ਼ਰ ਹੋਊਂਗਾ। ਅਤੇ ਬੇਬੇ ਨਾਨਕੀ ਜਦੋਂ ਯਾਦ ਕਰਦੇ ਸੀ ਨਾ ਉਦੋਂ ਹੀ ਗੁਰੂ ਨਾਨਕ ਦੇਵ ਜੀ ਹਾਜ਼ਰ ਹੋ ਜਾਂਦੇ ਅਤੇ ਦਰਸ਼ਨ ਦਿੰਦੇ ਆ ਕੇ। ਅਤੇ ਖਾਲਸਾ ਜੀ ਫਿਰ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਅਤੇ ਜਿਹੜੀ ਦਿਸ਼ਾ ਨੂੰ ਜਾਂਦੇ ਜੇ ਚੜ੍ਹਦੀ ਦਿਸ਼ਾ ਨੂੰ ਜਾਂਦੇ ਅਤੇ 12 ਸਾਲ ਉਸੇ ਦਿਸ਼ਾ 'ਚ ਵਿਚਰ ਕੇ ਉਪਦੇਸ਼ ਕਰਦੇ ਅਤੇ ਜੇ ਦੱਖਣ ਦਿਸ਼ਾ ਜਾਂਦੇ ਦੱਖਣ ਦਿਸ਼ਾ 'ਚ 12 ਸਾਲ ਉੱਥੇ ਪ੍ਰਚਾਰ ਕਰਦੇ। ਇਸ ਤਰ੍ਹਾਂ ਚੌਂ ਦਿਸ਼ਾ ਵਿੱਚ ਚੜ੍ਹਦਾ ਲਹਿੰਦਾ ਦੱਖਣ ਪਹਾੜ ਅਤੇ ਚੌਂ ਦਿਸ਼ਾ 'ਚ ਮਹਾਰਾਜ ਨੇ ਇਹ ਸਤਨਾਮ ਦਾ ਮੰਤਰ ਸੁਣਾਇਆ। ਅਤੇ ਮਹਾਰਾਜ ਜਿੱਥੇ ਜਾਂਦੇ ਜਿਹੜੀ ਨਗਰੀ 'ਚ ਜਾਂਦੇ ਅਤੇ ਜਿਹੜੇ ਸ਼ਹਿਰ ਵਿੱਚ ਜਾਂਦੇ ਜਿਹੜੇ ਦੇਸ਼ ਵਿੱਚ ਜਾਂਦੇ ਗੁਰੂ ਨਾਨਕ ਦੇਵ ਜੀ ਇਹੋ ਉਪਦੇਸ਼ ਕਰਦੇ ਭਾਈ ਇੱਥੇ ਇੱਕ ਧਰਮਸ਼ਾਲਾ ਬਣਾਓ ਅਤੇ ਧਰਮਸ਼ਾਲਾ ਵਿੱਚ ਸੁਬਹਾ ਅਤੇ ਸ਼ਾਮ ਇਕੱਤਰ ਹੋਇਆ ਕਰੋ, ਸਤਨਾਮ ਵਾਹਿਗੁਰੂ ਦਾ ਭਜਨ ਕਰਿਆ ਕਰੋ, ਅੰਮ੍ਰਿਤ ਵੇਲੇ ਇਸ਼ਨਾਨ ਕਰਿਆ ਕਰੋ ਅਤੇ ਸੰਗਤ ਕਰਿਆ ਕਰੋ, ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕਰਕੇ ਵੰਡਿਆ ਕਰੋ ਅਤੇ ਆਏ ਗਏ ਸਾਧੂ ਸੰਤ ਦੀ ਸੇਵਾ ਕਰੋ ਅਤੇ ਤੁਹਾਡੀ ਕਲਿਆਣ ਹੋਵੇਗੀ। ਖਾਲਸਾ ਜੀ ਚਾਰ ਉਦਾਸੀਆਂ ਕਰਕੇ ਫਿਰ ਕਰਤਾਰਪੁਰੇ ਆ ਗਏ। ਜਿਹੜਾ ਉਦਾਸੀਆਂ ਵਾਲਾ ਭੇਸ ਸੀ ਉਹ ਮਹਾਰਾਜ ਨੇ ਲਾ ਕੇ ਬਾਬੇ ਸ੍ਰੀ ਚੰਦ ਦੇ ਸਿਰ 'ਤੇ ਰੱਖਤਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂ ਮਹਾਰਾਜ ਉਦਾਸੀਆਂ ਵਾਲਾ ਭੇਸ ਬਣਾਇਆ ਸੀ ਨਾ, ਭਾਈ ਗੁਰਦਾਸ ਜੀ ਲਿਖਦੇ ਆ, ਬਾਬੇ ਪਹਿਲਾਂ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਘਾਲ ਕਮਾਈ, ਰੇ ਤੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓਂ ਬਣਿਆਈ, ਬਾਬਾ ਪਹਿਦਾ ਸੱਚਖੰਡ ਨੌਨਤ ਨਾਮ ਗਰੀਬੀ ਪਾਈ, ਬਾਬਾ ਦੇਖੇ ਧਿਆਨ ਧਾਰ ਜਲ ਦੀ ਸਭ ਪਿਰਥਵੀ ਦਿਸ ਆਈ, ਬਾਜੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਦੇਵ ਜੀ ਉਦਾਸੀਆਂ ਵਾਲਾ ਭੇਖ ਬਣਾ ਕੇ ਜਗਤ ਨੂੰ ਉਤਾਰਿਆ ਅਤੇ ਜਦੋਂ ਫਿਰ ਕਰਤਾਰਪੁਰ ਆ ਗਏ, ਕਰਤਾਰਪੁਰ ਨਗਰੀ ਵਸਾਈ, ਉੱਥੇ ਉਦਾਸੀਆਂ ਵਾਲਾ ਭੇਸ ਲਾ ਕੇ ਅਤੇ ਬਾਬੇ ਸ੍ਰੀ ਚੰਦ ਦੇ ਸਿਰ 'ਤੇ ਰੱਖਤਾ। ਬਾਬੇ ਸ੍ਰੀ ਚੰਦ ਨੂੰ ਇਹ ਉਦਾਸੀਆਂ ਦੀ ਦਾਤ ਬਖਸ਼ ਦੇ। ਕਿਉਂ ਮਹਾਰਾਜ ਦੇ ਦੋ ਸਾਹਿਬਜ਼ਾਦੇ ਸੀ ਅਤੇ ਇੱਕ ਸੇਵਕ ਸੀ ਅਤੇ ਜਿੱਦਾਂ ਦਾ ਉਹ ਅਧਿਕਾਰੀ ਸੀ ਉੱਦਾਂ ਦੀ ਉਹਨੂੰ ਵਸਤੂ ਦੇ ਦਿੱਤੀ ਅਤੇ ਬਾਬਾ ਸ੍ਰੀ ਚੰਦ ਜੀ ਉਹ ਭੇਖ ਦੇ ਅਧਿਕਾਰੀ ਸੀ, ਉਹਨਾਂ ਨੂੰ ਇਹ ਉਦਾਸੀ ਭੇਖ ਦੇ ਦਿੱਤਾ, ਉਹਨਾਂ ਦੇ ਸੀਸ 'ਤੇ ਉਦਾਸੀ ਭੇਖ ਰੱਖਤਾ ਵੀ ਜਿੱਦਾਂ ਅਸੀਂ ਸਾਰੇ ਸੰਸਾਰ 'ਤੇ ਵਿਚਰ ਕੇ ਉਪਦੇਸ਼ ਕੀਤਾ ਇਸੇ ਤਰ੍ਹਾਂ ਤੁਸੀਂ ਸਾਰੇ ਸੰਸਾਰ 'ਤੇ ਵਿਚਰ ਕੇ ਅਤੇ ਪਰਮਾਤਮਾ ਦੇ ਨਾਮ ਦਾ ਉਪਦੇਸ਼ ਕਰਨਾ, ਪਰਮਾਤਮਾ ਦੇ ਨਾਲ ਜੋੜਨਾ ਸੰਗਤਾਂ ਨੂੰ। ਇਹ ਗੁਰੂ ਨਾਨਕ ਦੇਵ ਨੇ ਉਦਾਸੀ ਭੇਖ ਬਾਬੇ ਸ੍ਰੀ ਚੰਦ ਨੂੰ ਬਖਸ਼ਤਾ ਅਤੇ ਇਹ ਛੋਟਾ ਸਾਹਿਬਜ਼ਾਦਾ ਬਾਬਾ ਲਖਮੀ ਚੰਦ ਉਹਨਾਂ ਨੂੰ ਗ੍ਰਿਸ਼ਤੀ ਬਣਾ ਦਿੱਤਾ ਅਤੇ ਜਿਹੜਾ ਬਾਬਾ ਲਹਿਣਾ ਸੇਵਕ ਸੀ ਉਹਨੂੰ ਮਹਾਰਾਜ ਨੇ ਇਮਤਿਹਾਨਾਂ 'ਚੋਂ ਪਾਸ ਹੋਇਆ ਜਾਣ ਕੇ ਅਤੇ ਉਹਨੂੰ ਗੁਰਤਾ ਗੱਦੀ ਦੇ ਦਿੱਤੀ, ਆਪਣੇ ਤਖ਼ਤ 'ਤੇ ਬਾ ਕੇ ਬਾਬੇ ਬੁੱਢੇ ਦੇ ਪਾਸੋਂ ਗੁਰਤਾ ਗੱਦੀ ਦਾ ਤਿਲਕ ਦਵਾ ਦਿੱਤਾ ਅਤੇ ਆਪਣੇ ਸਰੀਰ ਦੇ ਨਾਲ ਜੋੜ ਕੇ, ਕਿਉਂ ਪਹਿਲੇ ਦੇ ਲਹਿਣੇ ਦਾ ਨਾਂ ਲਹਿਣਾ ਸੀ ਭਾਈ ਲਹਿਣਾ, ਅਤੇ ਆਪਣੇ ਸਰੀਰ ਨਾਲ ਜੋੜ ਕੇ ਅਤੇ ਉਹਨਾਂ ਦਾ ਨਾਂ ਰੱਖਿਆ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਅਤੇ ਆਪਣੇ ਤਖ਼ਤ 'ਤੇ ਬਾ ਗਏ ਅਤੇ ਬਾਬੇ ਬੁੱਢੇ ਪਾਸੋਂ ਗੁਰਤਾ ਗੱਦੀ ਦਾ ਤਿਲਕ ਲਵਾ ਦਿੱਤਾ, ਆਪਣੇ ਥਾਂ ਗੁਰੂ ਅੰਗਦ ਦੇਵ ਨੂੰ ਗੁਰੂ ਬਣਾ ਦਿੱਤਾ ਅਤੇ ਆਪਣਾ ਜਿਹੜਾ ਸੰਨਿਆਸ ਭੇਖ ਸੀ ਉਦਾਸੀਆਂ ਦਾ
ਉਹ ਬਾਬੇ ਸ਼੍ਰੀ ਚੰਦ ਨੂੰ ਦੇ ਦਿੱਤਾ। ਅਤੇ ਖਾਲਸਾ ਜੀ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਿਓ ਕਿ ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਵੱਲੋਂ ਬਾਬਾ ਨਵਜੀਤ ਸਿੰਘ ਜੀ ਆਏ ਆ, ਨਿਸ਼ਾਨ ਧੌਂਸੇ ਲੈ ਕੇ ਆਏ ਆ, ਆਪਣਾ ਸਾਰਾ ਜਥਾ ਲੈ ਕੇ ਆਏ ਆ। ਅਤੇ ਬਾਬਾ ਜੀ ਬਾਬਾ ਇੰਦਰਜੀਤ ਸਿੰਘ ਜੀ ਇਹ ਵੀ ਆਪਣੀ ਫੌਜ ਸਮੇਤ ਇਹ ਬਾਬਾ ਸ਼੍ਰੀ ਚੰਦ ਦੇ ਪ੍ਰਕਾਸ਼ ਦਿਹਾੜੇ 'ਤੇ ਹਾਜ਼ਰੀ ਲਵਾਉਣ ਆਏ ਆ। ਸੋ ਬੁੱਢੇ ਦਲ ਦਾ ਬਹੁਤ ਵੱਡਾ ਇਹ ਸੰਯੋਗ ਹੈ ਇਸ ਸੰਤ ਮਹਾਂਪੁਰਖ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਵਾਲੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਸੰਯੋਗ ਹੈ ਬੁੱਢੇ ਦਲ ਦਾ, ਅਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੋੜ ਮੇਲਾ ਮਨਾ ਰਹੇ ਆ ਬੁੱਢੇ ਦਲ ਦੀ ਫੌਜ। ਸੋ ਖਾਲਸਾ ਜੀ ਜਿਹਨੇ ਅੰਮ੍ਰਿਤਧਾਰੀ ਗੁਰਸਿੱਖ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਖੰਡੇ ਬਾਠੇ ਦਾ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ ਅਤੇ ਗੁਰੂ ਨਾਨਕ ਦੇਵ ਦੀਆਂ ਖੁਸ਼ੀਆਂ ਲਓ। ਗੁਰੂ ਨਾਨਕ ਦੇਵ ਵੀ ਗੁਰੂ ਗੋਬਿੰਦ ਸਿੰਘ ਬਣੇ ਆ, ਫਿਰ ਉਹਨਾਂ ਦੀ ਬਾਣੀ ਵੱਖਰੀ ਕਿੱਦਾਂ ਹੋਈ? ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਰੂਪ ਹੋਏ ਆ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਦਿੱਤੀ ਕਿ ਦਸੇ ਗੁਰੂ ਇੱਕ ਜੋਤ ਆ। ਖਾਲਸਾ ਜੀ ਅੰਮ੍ਰਿਤ ਛਕੋ ਅਤੇ ਗੁਰੂ ਵਾਲੇ ਬਣੋ ਅਤੇ ਦਸਵੇਂ ਪਾਤਸ਼ਾਹ ਦੇ ਸਪੁੱਤਰ ਬਣੋ ਅਤੇ ਮਾਤਾ ਸਾਹਿਬ ਦੇਵਾਂ ਦੀ ਝੋਲੀ ਦੇ ਲਾਲ ਬਣ ਕੇ ਅਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਆਪਣਾ ਜਨਮ ਸਫਲਾ ਕਰੋ। ਸੋ ਦਾਸ ਦੀਆਂ ਇੰਨੀਆਂ ਹੀ ਹਾਜ਼ਰੀਆਂ ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ਣੇ, ਹਾਜ਼ਰੀ ਦਰ ਪ੍ਰਵਾਨ ਕਰਨੀ। ਖਾਲਸਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।